बिस्मिल्लाहिर्रहमानिर्रहीम, अस्सलामु अलैकुम दोस्तों। तुसीं वेख रहे हो एतमाद टीवी ते, मैं तुहाडा दोस्त मंजूर अहमद। दोस्तों अज भाई मुहम्मद जफर दे कोल आए हैं। पहले भी इन्हां दे कोल इक भूरे रंग दी कोकड़ माई दिखाई है, माशाल्लाह उहदियां ते बड़ियां दुम्मां पईआं। ते अज भी दो मझां लै के हाज़र होए हैं। भाई जफर नाम है, 407 पिंड बख्तावा दे जोग चनार शुगर मिल दे नज़दीक पिंड है, तहसील तांदले वाला, ज़िला फैसलाबाद। भाई जफर अपना नंबर दे आइए। 0347-025-3156। भाई जफर का नंबर दे, भाई नंबर एक दिखाओ, नाल नाल डिटेल पूछना। भाई जफर ये नाल डिटेल देवो, ये किन्नवा सूआ सूई हुई है? दूसरा सूआ सूई हुई है। तीसरे वास्ते उनको बनी हुई है? हाँ जी बनी हुई है। ਕਿੰਨੇ ਕੁ ਦਿਨਾਂ ਦੀ ਬਣੀ ਹੋਈ? ਗਰੰਟਡ ਬਣੀ ਹੋਈ ਹੈ, ਇੱਕ ਮਹੀਨੇ ਦੀ ਦੋਸਤੋ ਬਣੀ ਹੋਈ ਹੈ। ਤੀਸਰੇ ਸੂਏ ਵਾਸਤੇ ਦੂਸਰਾ ਸੂਆ ਸੂਈ ਹੈ। ਸੂਈ ਨੂੰ ਗਾਲਬਨ ਕਿੰਨੇ ਕੁ ਮਹੀਨੇ ਹੋ ਗਏ? ਕੱਟਾ ਬਲਕਿ ਜੋਟਾ ਇਹਦੇ ਥੱਲੇ ਹੈ, ਅਤੇ ਉਹ ਵੀ ਦਿਖਾਉਂਦੇ ਹਾਂ। ਫਿਰ ਤਕਰੀਬਨ 6-7 ਮਹੀਨੇ ਦੀ ਤਾਂ ਹੈ। ਚੰਗੀ ਮਾਸ਼ਾਅੱਲਾ ਤਗੜੀ ਮੱਝ ਸਿੰਘਾਂ ਦੀ, ਥੋੜ੍ਹੇ ਜਿਹੇ ਇੱਕ ਸਿੰਘ ਚੂਰ ਕੁੰਡੇ ਸੀ, ਇੱਕ ਥੋੜ੍ਹਾ ਜਿਹਾ ਖੁੱਲ੍ਹਾ ਇਸ ਹੋ ਗਿਆ। ਮੈਂ ਇਹਨੂੰ ਬਾਈ ਜ਼ਫਰ ਤੁਸੀਂ ਆ ਨਾਲ ਨਾਲ ਬਣਾਓ ਨਾ ਥੋੜ੍ਹਾ ਜਿਹਾ। ਮੈਂ ਇੱਧਰ ਇਹ ਜੀ 7 ਮਹੀਨਿਆਂ ਦੀ 6 ਮਹੀਨਿਆਂ ਦੀ ਸੂਈ ਹੋਈ ਹੈ, ਆਹ ਛੋਟਾ ਹੇਠ ਹੈ। ਠੀਕ ਹੈ ਜੀ, 2 ਮਹੀਨੇ ਦੀ ਬਣੀ ਹੋਈ ਹੈ। ਦੁੱਧ ਮਾਝ ਕੋਲ 8 ਕਿਲੋ ਪੱਕਾ, ਦੁੱਧ 8 ਕਿਲੋ ਪੱਕਾ, 8 ਕਿਲੋ ਦੋਨਾਂ ਟਾਈਮਾਂ ਦਾ? ਦੋਨਾਂ ਟਾਈਮਾਂ ਦਾ। ਤੇ ਕਿਵੇਂ ਚਵਾਈ ਕਰਦੇ ਹੋ? ਚਵਾਈ ਜੀ ਬੱਚੇ ਤੇ, ਮਹੀਨੇ ਦੀ ਬਣੀ ਤੇ 8 ਕਿਲੋ ਪੱਕਾ ਦੁੱਧ ਦੇਣਾ, 8 ਕਿਲੋ ਇਹਦਾ ਬੱਚਾ ਵੀ ਖਾਉਣਾ ਦਾ ਨਾਲ ਲੈਂਦਾ। ਹੋਰ ਜੋਟਾ ਦਿਖਾਓ ਇਹਦੇ ਨਾਲ ਹੀ ਕਰੋ ਜੀ, ਹੋਰ ਲੈ ਆਓ ਇੱਥੇ ਨਾ, ਹੁਣ ਦੇਖੋ ਲੈ ਲੈ ਆਓ। ਆਹ ਦੋਸਤੋ ਜੋਟਾ ਥੱਲੇ ਜੇ ਕਮ ਅਜ਼ ਕਮ 1.5-2 ਮਣ ਦਾ, 2 ਮਣ ਦਾ ਪੱਕਾ, 2 ਮਣ ਦਾ ਜੋਟਾ ਜਿਹੜਾ ਥੱਲੇ ਦੇ ਦੇ। 40,000 ਦਾ ਜੋਟਾ ਹੈ, ਮਾਂ ਜਿਹੜਾ ਹੈ ਉਹਦਾ ਕਿਲਾ ਜੀ। ਬਿਲਕੁਲ ਹੈ, ਇੰਨਾ ਕੀ ਫਰਕ ਆਈ ਆ ਦੋਸਤੋ, ਜੋਟੇ ਦੇ ਮੱਝ ਦੇ ਜੋਟਾ ਵੀ ਜੱਜਾ ਮੂੰਹ ਹੈ, ਅਤੇ ਮੱਝ ਵੀ ਜਿਹੜਾ ਨਾ ਜੱਜੀ ਹੈ ਮੂੰਹ। ਬਾਕੀ ਮਾਸ਼ਾਅੱਲਾ ਮੋਟੀ ਤਾਜ਼ੀ ਸੌਖੀ, 8 ਕਿਲੋ ਪੱਕਾ ਦੁੱਧ, 2 ਟਾਈਮ ਜਿਹੜਾ ਚਵਾਈ ਕਰਵਾ ਕੇ, ਮਹੀਨੇ ਦੀ ਬਣੀ ਹੋਈ, ਮਹੀਨੇ ਦੀ ਗਰੰਟਡ ਬਣੀ ਹੋਈ। ਮਾਸ਼ਾਅੱਲਾ ਮਾਝ ਦੀ ਵਿਰਾਲ ਰੱਖਣਾ ਇੱਥੇ, ਸੋਹਣਾ ਥਾਂ ਲੱਗਾ ਇਸ ਮੋਟਾ ਤਾਂ ਵਿਰਲ ਦੇ ਵਿੱਚ, ਗਿੱਠ ਵਿਰਲ ਜਿਹਨੂੰ ਆਪਾਂ ਆਉਂਦੇ ਹਾਂ,
ਮਾਜ ਦਾ ਮਾਸ਼ਾਅੱਲਾ ਸਿਰਫ ਲੈਣ ਦੇ ਨਸੀਬਾਂ ਦੀ ਗੱਲ ਹੈ ਜੀ, ਬਾਕੀ ਮਾਜ ਦਾ ਮਾਸ਼ਾਅੱਲਾ ਕਿਸੇ ਪਾਸੋਂ ਕਮੀ ਕੋਈ ਨਹੀਂ ਹੈ। ਤੇ ਮਾਜ ਦਾ ਪੁੱਠਾ ਲੈ ਲਾ ਜੀ, ਮਾਸ਼ਾਅੱਲਾ ਸੋਹਣਾ ਪੁੱਠਾ ਮਾਜ ਕੋਲ ਹੈ। ਟੋਕੜਾ ਹੈ ਟੋਕੜਾ, ਲੇਕਿਨ ਮਾਸ਼ਾਅੱਲਾ ਸਜਰਾਂ ਦੇ ਜਿਹੜਾ ਨਾ ਲਿਆਰੀਆਂ ਦੇ ਫੇਰੇ 'ਚ ਮਾਰਦੀਆਂ ਨੇ। ਮੱਝ ਜਦੋਂ ਮੇਰਾ ਖਿਆਲ ਅੱਲਾ ਮੇਰੇ ਦਾ ਹੁਕਮ ਜੁੱਟਾ ਟੁਰਿਆ ਆਇਆ ਕੱਟੋ ਇਹਦੇ ਥੱਲੇ ਜਿਹੜਾ ਜੁੱਟਾ, ਇਹ ਤਾਂ ਇੱਦਾਂ ਹੁਣ ਬੱਚਾ ਲੱਗਦਾ ਹੀ ਨਹੀਂ ਹੈ ਵੀ ਏਡਾ ਵੱਡਾ ਹੋ ਗਿਆ। ਚੁਆਈ ਇਹਦੇ ਤੇ ਕਰਨ ਲਈ ਇਸ ਤੇ ਜੀ ਇੱਕ ਟਾਈਮ ਬਾੜਕ ਚੋਂ ਨਾ ਦੇਖ ਚੰਨੀ ਤੇ ਦੇ ਕੀ ਹੁਣ ਕੀਮਤ ਤੇ ਬਾਈ ਜ਼ਫਰ ਕੀਮਤ ਤਾਂ ਜੀ ਲੈ ਨਾਲ ਮੰਗਾ ਨਾਲ ਇਹ ਕਰੀਏ ਜੀ ਵਕਤ ਦੀ ਸਾਢੇ 3 ਲੱਖ ਰੁਪਏ ਦੀ ਦਿੱਤੀ ਹੈ ਜੀ। ਉਹ ਵਕਤ ਦੀ ਆਈ ਨਾ ਹੁਣ ਹੁਣ ਉਸ ਹਿਸਾਬ ਵਿੱਚ ਨਹੀਂ ਆ ਨਾ ਹੁਣ ਇਹ ਟੋਕੜਾ ਨਾਲ ਹੀ ਗੱਲ ਕਰੀਏ ਜੀ ਹੋਰ। ਹਾਂ ਹੁਣ ਤਾਂ ਟੋਕੜਾ ਹੈ ਚੋ ਮੱਝ ਤੁਸੀਂ ਅੱਗੇ ਦਿਖਾਈ ਹੈ ਮਾਸ਼ਾਅੱਲਾ ਬੜੀ ਦੋਸਤਾਂ ਨੂੰ ਪਸੰਦ ਆਈ ਹੈ ਉਹ ਕਿਤੇ ਸਿਆਲਕੋਟ ਭੇਜੀ ਹੈ ਮੱਝ ਉਹਦੇ ਨਾਲ ਵੀ ਚੰਗੀ ਹੈ ਜੀ ਲੈਣ ਦੇ ਨਸੀਬਾਂ ਦੀ ਗੱਲ ਜਦੋਂ ਉਹ ਆਪਣੀ ਜਗ੍ਹਾ ਤੇ ਹਾਂ ਜੀ ਇਹ ਆਪਣੀ ਜਗ੍ਹਾ ਤੇ ਚੰਗੀ ਇਹ ਆਪਣੀ ਜਗ੍ਹਾ ਤੇ ਚੰਗੀ ਹੈ ਇਹਦੀ ਕੀਮਤ ਬੋਲੋ ਫਿਰ ਅਗਲੀ ਮੱਝ ਦਿਖਾਈਏ ਕੀਮਤ ਪੱਕੀ ਜਾਂਦੀ ਬੋਲੋ ਜਿੰਨੇ ਦੀ ਦੇਣੀ ਕੀ ਕੀਮਤ ਦੱਸਣੀ ਨੇ 2 ਲੱਖ ਰੁਪਈਆ ਲੈ ਲਿਆ 2 ਲੱਖ ਹਾਂ ਜੀ ਕੋਈ ਆਪਣਾ ਪਿਆਰ ਮੁਹੱਬਤ ਨਾਲ ਰੇਟ ਦੱਸੋ 2 ਲੱਖ ਸਹਿ ਸਾਰਾ ਹੁੰਦਾ ਕੋਈ ਇਹਦਾ ਪੱਕਾ ਜਿਹਾ ਮੁੱਲ ਦੱਸੋ ਅਗਲੀ ਮੱਝ ਵਿਖਾਈਏ ਵੀਡੀਓ ਲੰਬੀ ਹੁੰਦੀ ਪੱਕਾ ਮੁੱਲ ਜੀ ਹਾਂਜੀ 1,95,000 ਤੋਂ ਘੱਟ ਨਹੀਂ ਰੁਪਈਆ 1,95,000 ਰੁਪਈਆ ਦੂਸਰੇ ਨੰਬਰ ਤੇ ਦਿਖਾਓ ਮੱਝ ਨਾਲ ਇਹਦੇ ਨਾਲ ਬਾਈ ਜ਼ਫਰ ਜਿਹੜਾ ਨਾ ਇਹਨੂੰ ਬਣਾਓ ਇਹ ਜੀ 5 ਕਲਿਆਣ ਜੋਟੀ ਪਿਛਲੇ ਪੈਰ ਦੋਤੇ ਪੁੱਛਲ ਬੱਗਾ ਸਿਰ ਬੱਗਾ ਠੀਕ ਹੋ ਗਿਆ ਜੀ ਤੇ ਇਹ ਕਿੰਨੇ ਸੂਏ ਇਹ ਆ ਜੀ ਪਹਿਲਾ ਸੂਆ ਸੂਈ ਦੂਆ ਡੇਡੇ ਸੇ ਪਹਿਲਾ ਸੂਆ 3 ਮਹੀਨੇ ਦੀ ਗਰੰਟੀ ਨਾ ਗੱਬਾਂ ਨੇ ਚੈੱਕ ਕਰਾ ਕੇ ਚੈੱਕ ਕਰਵਾ ਲੈਣ ਡਾਕਟਰ ਕੋਲ ਪਾਸ ਕਰਵਾ ਕੇ 3 ਮਹੀਨੇ ਦੀ ਬਿਲਕੁਲ ਜੀ ਪਹਿਲਾ ਸੂਆ ਸੂਈ ਹੋਈ ਹੈ ਦੂਸਰੇ ਸੂਏ ਵਾਸਤੇ 3 ਮਹੀਨੇ ਦੀ ਬਣੀ ਹੋਈ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 6-7 ਕਿਲੋ ਜੀ ਪੱਕਾ 2-7 ਕਿਲੋ 6 ਕਿਲੋ ਕਰ ਲਓ 6 ਕਿਲੋ ਕਰ ਲਓ ਹਾਂਜੀ 6 ਕਿਲੋ ਕਰ ਲਓ 6 ਕਿਲੋ ਪੱਕਾ ਦੁੱਧ 200 ਥੱਲੇ ਪਹਿਲਾ ਸੂਆ ਸੂਈ ਹੋਈ ਦੂਜੇ ਵਾਸਤੇ ਬਣੀ ਹੋਈ ਹੈ ਤੇ 3 ਮਹੀਨਿਆਂ ਦੀ ਗਾਰੰਟੀ ਦਾ ਚੈੱਕ ਕਰਕੇ ਕੋ ਲਵੇ ਜਿਹੜਾ ਵੀ ਲਵੇ ਡਾਕਟਰ ਕੋਲ ਪਾਸ ਕਰਵਾ ਕੇ ਬਈ ਜ਼ਫਰ ਹਾਂਜੀ ਹਾਂਜੀ 3 ਮਹੀਨੇ ਦੀ ਗਾਰੰਟਡ ਦੋਸਤੋ ਬਣੀ ਹੋਈ ਜੇ ਤਾਂ 7 ਕਿਲੋ ਥੱਲੇ ਦੁੱਧ ਦੇ ਦੇ 6 ਤੁਸੀਂ ਕਰ ਲਵੋ ਮਾਸ਼ਾਅੱਲਾ ਇਹ ਵੀ ਮੋਟੀ ਤਾਜ਼ੀ ਸੌਖੀ ਮੱਝੀ ਨਾਮ ਦੀਆਂ ਟੋਕੜਾਂ ਹਨ ਬਾਕੀ ਮਾਸ਼ਾਅੱਲਾ ਕੰਮ ਇਹਨਾਂ ਦੇ ਸਜਰਾਂ ਵਾਲੇ ਯਾਰ ਆਪਣਾ ਵੈਸੇ ਜਦੋਂ ਕੋਈ ਤਿਆਰ ਆਈ ਗਿਆ ਕੀ ਦੁੱਧ ਦੀ ਰੂਟੀਨ ਦੱਸਦੇ ਦੱਸਦੇ ਨੇ ਇਹਦੀ ਦੁੱਧ ਦੀ ਰੂਟੀਨ ਜਨਾਬ 14 ਕਿਲੋ 15 ਕਿਲੋ ਭੱਠਿਆਂ ਤੇ ਭੱਠਿਆਂ ਦੇ ਸੁੱਤੇ ਭੱਠਿਆਂ ਤੇ 14-15 ਕਿਲੋ ਇਹਦੀ ਕੀਮਤ ਕਿੰਨੀ ਹੈ ਇਹਦਾ ਸੱਚਾ ਯਾਦ ਹੈ ਬੱਚਾ ਕੋਈ ਨਹੀਂ ਥੱਲੇ ਬੱਚਾ ਥੱਲੇ ਕੋਈ ਨਹੀਂ ਅੱਛਾ ਬੱਚਾ ਇਹਦਾ ਕੋਈ ਨਹੀਂ ਹੈ ਹਾਂਜੀ ਬੱਚਾ ਪਹਿਲੇ ਨੰਬਰ ਅਲਮਾਜ ਥੱਲੇ ਕੱਟਾ ਆ ਗਿਆ ਤੇ ਇਹਦੇ ਥੱਲੇ ਬੱਚਾ ਕੋਈ ਨਹੀਂ ਹੈ ਜੀ ਬਣੀ ਹੋਈ ਹੈ 3 ਮਹੀਨੇ ਦੀ ਗਰੰਟਡ 7 ਕਿਲੋ ਦੁੱਧ ਦੇ ਸੋ
ਤੇ ਸੀਲ ਸਾਹੂ ਵਿੱਚ ਬਾੜੇ ਤੇ ਚੁਆਈ ਕਰਦੇ ਨੇ। ਤੇ ਇਹਦੀ ਹੁਣ ਕੀਮਤ ਬੋਲੋ ਬਾਈ ਜ਼ਫਰ ਆਪਣਾ। ਪੱਕੀ ਜੀ ਕੀਮਤ ਦੱਸੋ ਇਹਦੀ ਜਿਹੜੀ ਗੁੰਜਾਇਸ਼ ਗੁੰਜਾਇਸ਼ ਵਾਲੀ ਗੱਲ ਤੇ ਮੁੜ ਜੀ ਗੱਬਾਂ ਵੀ ਹੈ ਦੁੱਧ ਵੀ ਥੱਲੇ ਪਿਆਰ ਮੁਹੱਬਤ 5000 ਤੋਂ ਛੱਡ ਬੱਚਾ ਵੀ ਤਾਂ ਕੋਈ ਨਹੀਂ ਆਣਾ। ਹਾਂਜੀ 1,45,000 ਹਾਂਜੀ ਪੱਕੀ ਕੀਮਤ ਹੈ ਇਹਦੀ। ਠੀਕ ਹੈ ਦੋਸਤੋ, ਵੀਡੀਓ ਲੰਬੀ ਹੁੰਦੀ ਪਈ, ਦੋਵੇਂ ਮੱਝਾਂ ਤੁਹਾਨੂੰ ਦਿਖਾਈਆਂ, ਕਿਸੇ ਦੋਸਤ ਬਾਈ ਦੇ ਸਮਝ ਚਾਹੁੰਦੇ ਮੱਝਾਂ ਮਾਸ਼ਾਅੱਲਾ ਦੋਵੇਂ ਤੋਂ ਹੈਨ ਟੋਕਣਾ ਨਾਂ ਦੀ ਆ, ਬਾਕੀ ਸੋਹਣੀ ਉਸ ਨਾਲ ਕਿਹਾ ਸਜਰਾ ਜੋਟੀ ਸੋਹਣੀ ਮੋਟੀ ਤਾਂ ਜੋਟੀ ਨੇ। ਅਗਰ ਕਿਸੇ ਦੋਸਤ ਬਾਈ ਨੂੰ ਪਸੰਦ ਆਉਂਦੀ ਸਮਝ ਤਾਂ ਆਉਂਦੀ ਤਾਂ ਪਸੰਦ ਕਰਕੇ ਖਰੀਦ ਸਕਦੇ ਹੋ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਸਾਨੂੰ ਦੇਵੋ ਇਜਾਜ਼ਤ। ਅੱਲਾਹ ਹਾਫਿਜ਼।